सत श्री अकाल। तुसीं पंजाबिस्तान टीवी देख रहे हो, मैं तुहाडे नाल सुखिंदर सिंह। अज मेरे नाल डॉक्टर अमनप्रीत सिंह बराड़ मौजूद ने, जो अक्सर सोशल मीडिया के उत्ते पंजाब की अर्थव्यवस्था को लैके, पंजाब के आर्थिक ढांचे, पंजाब की खुदमुख्तियारी लैके, आत्मनिर्भरता लैके, जां होर पंजाब के जिहड़े अहम मुद्दे ने उन्हां दे उत्ते अपने विचार रखते हैं। अज साडी चर्चा का विशा होएगा कि असी पंजाब की जिहड़ी अर्थव्यवस्था डावांडोल हुई है वो किस तरह उपर आ सकती है, क्यों लगातार पंजाब के सिर पर कर्जा चढ़ता जा रहा है। जिस तरह दियां असीं अंकड़े देखते हैं, तकरीबन कहिंदे 3 लाख करोड़ के करीब कर्जा जिहड़ा आने वाले टाइम दे विच पंजाब दे सिर पर चढ़ जाना। जरूरत क्यों पैंदी है विकास के नाम के उत्ते, जदों तुसीं देखते हो कि सरकारां नूं कर्जा लेना पैंदा, बैंकां तों कर्जा लिया लैंदे ने बैंक सरकारां, ते उस तों बाद उस समय दौरान उसकी कर्जे की जिहड़ा ब्याज है उही इन्ना ज़्यादा हुंदा कि उहनूं उतारदे उतारदे पंजाब होर कर्जे ही हुंदा जा रहा। इस तों अलावा पंजाब जदों असीं कहिंदे आ कि खेती प्रधान सूबा आ, तां इहदे विच किस तरह रोल निभा सकदा सी पंजाब की अर्थव्यवस्था नूं सही करन दे विच, जां जदों फैक्ट्रियां की असीं गल करदे आ कि पंजाब दे विच ओह फैक्ट्रियां जिहड़ियां किसे समय पंजाब दे विच जिन्हां दी वड्डी देण हुंदी सी कि पंजाब दे खजाने नूं कोई कोरा नहीं सी लगदा, पर हुण जिहड़ियां ओह फैक्ट्रियां पंजाब दे विच नहीं। इन्हां सारे उत्ते असीं चर्चा करांगे कि आखिरकार पंजाब पैरां सिर किद्दां हो सकदा। डॉक्टर साहब, तुहाडा स्वागत है जी पंजाबिस्तान टीवी ते। डावांडोल क्यों हुई है? देखो सुखविंदर जी, जे असीं पंजाब दी अर्थव्यवस्था नूं देखदे आं ते असीं थोड़ा जिहा पहलां पिछोकड़ तों चलीए। जे 1990 दे शुरुआती दौर च देखिए तां पंजाब इक नंबर एक सूबा सीगा, इह फिर 2000 तक वी 4 पोजीशन ते आया, पर उदों बाद इकदम इहनां दा की होया कि जिहड़ा इह अज जिहड़ा पंजाब सूबा उह 16वें नंबर ते आ साडा, इत्थे इक नंबर तों लै के 16वें नंबर तक दा जिहड़ा सफर है ਉਹ ਅਸੀਂ ਤੈਅ ਕੀਤਾ ਹੈ। ਫਿਰ ਜੇ ਦੂਜੇ ਪਾਸੇ ਦੇਖੀਏ, ਜਿਹੜੀ ਸਾਡੀ ਜੀ ਡੀ ਪੀ ਹੈ ਇਸ ਵਕਤ ਉਹ 6,44,000 crore ਦੀ ਹੈਗੀ ਹੈ। ਹੁਣ 6,44,000 crore ਦੀ ਜਦੋਂ ਮੈਂ ਜੀ ਡੀ ਪੀ ਦੀ ਗੱਲ ਕਰਦਾ ਤਾਂ ਜੇ ਉਹਦੇ ਚ ਪਰ ਕੈਪੀਟਾ ਜੀ ਡੀ ਪੀ ਦੇਖਦੇ ਹਾਂ ਸਟੇਟ ਦੀ, ਤਾਂ ਉਹ ਹੈਗੀ ਹੈ 1,51,000। ਯਾਨੀ ਕਿ ਜੇ ਇਹਨੂੰ ਅਸੀਂ ਗੁਆਂਢੀ ਸੂਬੇ ਨਾਲ ਹਰਿਆਣੇ ਨਾਲ ਵੀ ਲਾਈਏ ਤਾਂ ਜਿਹੜੇ ਹਰਿਆਣੇ ਦੇ ਲੋਕ ਹੈ ਉਹ ਸਾਡੇ ਨਾਲੋਂ 1.5 ਗੁਣਾ ਅਮੀਰ ਹਨ। ਇਹਦੇ ਚ ਇੰਨਾ ਫਰਕ ਆ ਗਿਆ। ਹੁਣ ਇਹ ਜਿਹੜੀ ਜੀ ਡੀ ਪੀ ਹੈਗੀ ਹੈ ਉਹਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ 25% ਹਿੱਸਾ, ਜਿਵੇਂ ਗੱਲ ਕੀਤੀ ਸੀ ਐਗਰੀਕਲਚਰ, ਫਿਰ 25% ਹਿੱਸਾ ਜਿਹੜਾ ਹੈਗਾ ਉਹ ਫੈਕਟਰੀਆਂ ਦਾ, ਤੇ 50% ਜਿਹੜਾ ਜੀ ਡੀ ਪੀ ਚ ਹਿੱਸਾ ਆਉਂਦਾ ਉਹ ਜਿਹੜਾ ਸਰਵਿਸ ਸੈਕਟਰ ਦਾ। ਠੀਕ ਹੈ, ਹੁਣ ਜਦੋਂ ਤੋਂ ਇਹ ਅਸੀਂ ਗੱਲ ਕਰੀਏ, ਦੇਖੋ ਦੋ ਚੀਜ਼ਾਂ ਇਹਦੇ ਚ ਬੜੀਆਂ ਕਲੀਅਰ ਸਾਨੂੰ ਸਮਝਣੀਆਂ ਪੈਣੀਆਂ ਕਿ ਜਿਹੜਾ ਦੋ ਸੈਕਟਰ ਮਨੀ ਜਨਰੇਟ ਕਰਦੇ ਆ ਕਿ ਆਮਦਨ ਦਾ ਸਰਕਲ ਘੁੰਮਦਾ ਉਹ ਖੇਤੀਬਾੜੀ ਹੈਗਾ ਤੇ ਜਿਹੜਾ ਮੈਨੂਫੈਕਚਰਿੰਗ ਸੈਕਟਰ ਹੈ ਉਹਦੇ ਚ ਨਵਾਂ ਪੈਸਾ ਉੱਥੇ ਜਨਰੇਟ ਹੁੰਦਾ, ਜਿਹੜੇ ਸਰਵੇ ਸੈਕਟਰ ਹੈ ਉੱਥੇ ਪੈਸਾ ਚੇਂਜ ਕਰਦਾ ਹੈਂਡਸ, ਨਵੀਂ ਸਰਕਲ ਕੋਈ ਜਨਰੇਟ ਨਹੀਂ ਹੁੰਦਾ। ਸੋ ਉਹ ਤਾਂ ਨਿਰਭਰ ਹੈਗਾ ਇਹਨਾਂ ਦੋਨਾਂ ਤੇ। ਯਾਨੀ ਕਿ ਜੇ ਜੀ ਡੀ ਪੀ ਦਾ ਮੈਂ ਕੱਢ ਲਾਂ ਕਿ 6,44,000 crore ਦੀ ਜੀ ਡੀ ਪੀ ਹੈਗੀ ਹੈ ਪੰਜਾਬ ਦੀ, ਤਾਂ ਉਹਦੇ ਚੋਂ 1,61,000 crore ਤਕਰੀਬਨ ਐਗਰੀਕਲਚਰ ਦਾ ਬਣਦਾ, ਇੰਨਾ ਕੀ ਇਹਦਾ ਬਣਦਾ। ਹੁਣ ਜੇ ਪਿਛਲੇ ਸਮੇਂ ਚ ਅਸੀਂ ਥੋੜਾ ਜਿਹਾ ਪਿੱਛੇ ਹੱਥ ਮਾਰੀਏ, ਪਿਛਲੇ 15 ਸਾਲਾਂ ਦਾ ਜੇ ਅਸੀਂ ਅਨਸਸ ਕਰਦੇ ਹਾਂ ਤੇ ਪੰਜਾਬ ਚੋਂ ਫਾਰਮਾਸਿਊਟੀਕਲ ਇੰਡਸਟਰੀ, ਗਾਰਮੈਂਟ ਇੰਡਸਟਰੀ, ਠੀਕ ਹੈ ਜਿਹੜੀ ਵੂਲਨ ਦੀ, ਇਹ ਕਾਫੀ ਜਿਹੜੀਆਂ ਸਾਨੂੰ ਪੰਜਾਬ ਚੋਂ ਬਾਹਰ ਮੂਵ ਹੋਈਆਂ। ਫਾਰਮਾਸਿਊਟੀਕਲ ਦਾ ਤੁਸੀਂ ਦੇਖ ਲਓ, ਸਾਡੇ ਗੁਆਂਢੀ ਰਾਜ ਹਿਮਾਚਲ ਦੀ ਬੱਦੀ ਦੇ ਵਿੱਚ ਕਿੱਡੇ ਵੱਡੇ ਯੂਨਿਟ ਬਣ ਗਏ ਹੈਗੇ, ਸਾਰਾ ਉੱਥੇ ਹੱਬ ਲੱਗ ਗਿਆ ਪੰਜਾਬ ਛੱਡ ਕੇ। ਉਧਰੋਂ ਜੇ ਅਸੀਂ ਇਧਰੋਂ ਦੇਖਦੇ ਹਾਂ ਤਾਂ ਇਹ ਜ਼ਿਆਦਾ ਗਾਰਮੈਂਟ ਵਾਲੇ ਚਲੇ ਗਏ ਮੱਧ ਪ੍ਰਦੇਸ਼, ਜਿਹੜੇ ਖਿਡੌਣਿਆਂ ਦਾ ਕਾਰੋਬਾਰ ਸੀ ਸਾਡਾ ਜਾਂ ਸਾਈਕਲ ਇੰਡਸਟਰੀ ਸੀ ਉਹਨੂੰ ਲੈ ਬੈਠਾ ਚਾਈਨਾ। ਸੋ ਸਾਨੂੰ ਇਹ ਸਮਝਣਾ ਪੈਣਾ ਹੈ ਕਿ ਅਸੀਂ ਇਹਨੂੰ ਕਿਵੇਂ ਤੇ ਕਿੱਦਾਂ ਇਹ ਜਿਹੜੀਆਂ ਬਾਹਰ ਜਾ ਰਹੀਆਂ ਹੈਗੀਆਂ ਤੇ ਅਸੀਂ ਇਹਨੂੰ ਰੋਕੀਏ। ਦੂਜੀ ਗੱਲ ਹੈਗੀ ਹੈ ਕਿ ਜਿਹੜਾ ਹੁਣ ਤੱਕ ਸਿਸਟਮ ਚੱਲਦਾ ਆਇਆ ਉਹ ਚੱਲਦਾ ਹੈ ਖੇਤੀਬਾੜੀ ਕਰਕੇ ਚੱਲੀ ਜਾ ਰਿਹਾ, ਸਰਕਲ ਅਜੇ ਚੱਲਦਾ ਰਿਹਾ ਕਿਉਂਕਿ ਖੇਤੀਬਾੜੀ ਦੀ ਆਮਦਨ ਆ ਰਹੀ ਸੀਗੀ। ਹੁਣ ਜਿਹੜੇ ਆ ਕਾਨੂੰਨ ਆਏ ਹੈ ਇਹਨਾਂ ਨਾਲ ਜੇ ਔਸਤਨ ਗੱਲ ਕਰਦੇ ਹਾਂ ਅਸੀਂ, ਜੇ ਸਾਡੀ ਇੱਕ ਫਸਲ 80,000 crore ਦੀ ਆਉਂਦੀ ਹੈ ਤਕਰੀਬਨ, ਤਾਂ ਉਹਦੇ ਚੋਂ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਉਹ 60,000 crore ਦੀ ਰਹੇ, 20,000 crore ਉੱਥੇ ਘਟਿਆ।
ਹੁਣ ਆਮ ਤੌਰ ਤੇ ਇਹ ਲੋਕਾਂ ਨੂੰ ਲੱਗਦਾ ਹੈ ਕਿ ਇਹ ਤਾਂ ਕਿਸਾਨਾਂ ਦੀ ਆਮਦਨ ਘਟੀ, ਇਹ ਕਿਸਾਨਾਂ ਦੀ ਜਾਂ ਕਿਸਾਨੀ ਨਾਲ ਜੁੜੇ ਵਪਾਰੀਆਂ ਦੀ ਨੀ ਇਕੱਲੀ ਘਟੀ, ਇਹਨੇ ਸਾਰਿਆਂ ਤੇ ਫਰਕ ਪਾਉਣਾ। ਕਿਸਾਨੀ ਦੀ ਲੇਬਰ ਤੇ ਠੀਕ ਹੈ, ਕਿਸਾਨ ਦੇ ਵਪਾਰੀਆਂ ਦੀ ਘਟੀ ਹੈ, ਪਰ ਜਦੋਂ ਪੈਸਾ ਟੋਟਲ ਦੇ ਵਿੱਚ ਮਾਰਕੀਟ ਚ ਹੀ ਘਟੂਗਾ, ਖਰਚਣਾ ਤਾਂ ਇਹਨਾਂ ਲੋਕਾਂ ਨੇ ਹੀ ਹੈ ਨਾ ਪੈਸਾ, ਤਾਂ ਉਹਦੇ ਨਾਲ ਜੇ ਪੈਸਾ ਖਰਚਣ ਨੂੰ ਘੱਟ ਹੋਊਗਾ ਤੇ ਸਾਰੇ ਸਰਕਲ ਤੇ ਹੀ ਫਰਕ ਪਊਗਾ। ਜਿਹੜੇ ਲੋਕ ਵਪਾਰ ਕਰ ਰਹੇ ਆ ਉਹਨਾਂ ਦੇ ਵਪਾਰ ਤੇ ਉਹਨਾਂ ਦੀਆਂ ਚੀਜ਼ਾਂ ਘੱਟ ਵਿਕਣਗੀਆਂ, ਤਾਂ ਉਹ ਸਾਰਾ ਅਰਥ ਵਿਵਸਥਾ ਢਾਂਚਾ ਖੜੇਗਾ। ਇਹਦੇ ਨਾਲ ਸਰਵਿਸ ਸੈਕਟਰ ਤੇ ਫਰਕ ਪੈਣਾ, ਕਿਉਂਕਿ ਬੈਂਕਿੰਗ ਚੱਲਣੀ ਹੈ, ਹੋਰ ਚੱਲਣਾ, ਤਾਂ ਉਹ ਇਹਨਾਂ ਚੀਜ਼ਾਂ ਤੇ ਹੀ ਚੱਲਦਾ ਨਾ। ਪੈਸਾ ਆਊਗਾ ਸਰਕਲ ਦੇ ਵਿੱਚ ਤੇ ਪੈਸਾ ਅੱਗੋਂ ਘੁੰਮੇਗਾ ਸਰਵਿਸ ਸੈਕਟਰ ਦੇ ਵਿੱਚ, ਤਾਂ ਉਹਦੇ ਤੇ ਇਹ ਜਿਹੜਾ ਹੈਗਾ ਇਹਨੂੰ ਅਸੀਂ ਦੋ ਚੀਜ਼ਾਂ ਦੇ ਉੱਤੇ ਖਾਸ ਕਰਕੇ ਸਾਨੂੰ ਕੇਂਦਰਿਤ ਕਰਨਾ ਪੈਣਾ। ਹੁਣ ਤੁਸੀਂ ਇਹ ਦੇਖੋ ਕਿ ਪੰਜਾਬ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਪ੍ਰੋਡਕਟਿਵ ਸਟੇਟ ਹੈ ਫੂਡ ਚ, ਠੀਕ ਹੈ, ਐਗਰੀਕਲਚਰ ਦੇ ਵਿੱਚ, ਪਰ ਫਿਰ ਵੀ ਸਾਡੇ 8.26% ਲੋਕ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਹੈਗੇ ਆ, ਠੀਕ ਹੈ। ਬੇਰੁਜ਼ਗਾਰੀ ਦੀ ਦਰ ਜਿਹੜੀ ਪੰਜਾਬ ਚ ਹੈ ਉਹ 8.9% ਤੇ ਹੈਗੀ ਹੈ। ਹੁਣ ਇਹਨੇ ਸਾਰੇ ਨੇ ਅਰਥ ਵਿਵਸਥਾ ਨੂੰ ਤਾਂ ਢਾਅ ਲਾਉਣੀ ਲਾਉਣੀ ਹੈ ਨਾ ਜੀ। ਬਿਲਕੁਲ ਡਾਕਟਰ ਸਾਹਿਬ, ਜਦੋਂ ਤੁਸੀਂ ਗੱਲ ਕਰਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਇੰਡਸਟਰੀ ਹੈ ਉਹ ਲਗਾਤਾਰ ਬਾਹਰ ਪਲਾਇਨ ਹੁੰਦੀ ਜਾ ਰਹੀ ਹੈ, ਅੱਜ ਵੀ ਜਿਹੜਾ ਪੰਜਾਬ ਆਉਣ ਦੇ ਲਈ ਕੋਈ ਤਿਆਰ ਨਹੀਂ ਹੁੰਦਾ, ਜਾ ਕੇ ਮਿਹਨਤਾਂ ਸਰਕਾਰਾਂ ਨੂੰ ਕੱਢਣੀਆਂ ਪੈਂਦੀਆਂ, ਇਹਦੇ ਵਿੱਚ ਸਰਕਾਰਾਂ ਦਾ ਰੋਲ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਮੈਂ ਜੋ ਸਰਕਾਰਾਂ ਦਾ ਰੋਲ ਇਹਦੇ ਚ ਦੇਖਦਾ ਹੈਗਾ ਕਿ ਜਿਹੜੀ ਵੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਉਹਦਾ ਫੋਕਸ ਹੁੰਦਾ ਹੈ ਬੰਬਈ ਜਾਣ ਦਾ। ਜਦੋਂ ਸਰਕਾਰ ਬਣੀ ਉਹਨਾਂ ਨੇ ਬੰਬਈ ਵੱਲ ਭੱਜਣਾ, ਵੱਡੇ ਇੰਡਸਟਰੀਅਲਿਸਟ ਵੱਲ ਭੱਜਣਾ, ਉਹਨਾਂ ਦੇ ਮਗਰ ਜਾ ਕੇ ਉਹਨਾਂ ਦੇ ਕੱਢ ਕੇ ਈਵਨ ਡਿਫਰੈਂਟ ਤਰ੍ਹਾਂ ਦੇ ਐਸਪੈਕਟ ਰੱਖਣੇ, ਜਿਹੜੇ ਸੈਮੀਨਾਰ ਮਾਰਕੀਟਿੰਗ ਦੇ, ਤਾਂ ਕਿ ਉਹ ਇੱਥੇ ਆਉਣ ਤੇ, ਪਰ ਅੱਜ ਤੱਕ ਕੋਈ ਵੀ ਵੱਡੀ ਇੰਡਸਟਰੀਅਲਿਸਟ ਆਇਆ ਨਹੀਂ। ਤੇ ਬਜਾਏ ਇਹਦੇ ਕਿਉਂ ਨੀ ਅਸੀਂ ਜਿਹੜੇ ਛੋਟੇ MSME ਕਾਰਖਾਨੇ ਹੈਗੇ ਆ ਉਹਨਾਂ ਤੇ ਹੀ ਫੋਕਸ ਕਰ ਲਈਏ। ਹੁਣ ਜੇ ਮੈਂ ਤੁਹਾਨੂੰ ਉਦਾਹਰਣ ਦੇਵਾਂ ਕਿ 2019 ਦਸੰਬਰ ਦੀ ਰਿਪੋਰਟ ਹੈ ਟ੍ਰਿਬਿਊਨ ਦੀ, ਉਹਦੇ ਵਿੱਚ ਸੀਗਾ ਕਿ 7,198 ਜਿਹੜੇ ਹੈਗੇ ਆ ਕਾਰਖਾਨੇ ਛੋਟੇ MSME ਦੇ, ਛੋਟੇ ਤੇ ਮੱਧਮ ਵਰਗ ਦੇ, ਉਹ ਬੰਦ ਹੋਏ। ਹੁਣ ਉਹ ਬੰਦ ਹੋਣ ਦਾ ਕਾਰਨ ਸੀਗਾ ਕਿ ਟੋਟਲ ਕਰਜ਼ਾ ਉਹਨਾਂ ਸਿਰ 1500 ਕਰੋੜ ਦਾ ਸੀ। ਟੋਟਲ 7,198 ਬੰਦ ਹੋਏ, ਕਰਜ਼ਾ ਤਕਰੀਬਨ 1500 ਕਰੋੜ ਦਾ ਸੀਗਾ। ਹੁਣ ਅਸੀਂ ਉਹਦੇ ਚੋਂ ਦੇਖੀਏ ਕਿ ਉਹਦੇ ਚੋਂ ਕਿਹੜੇ ਕਿਹੜੇ ਡੀ ਅਸੈਸੇਬਿਲਿਟੀ ਉਹਦੀ ਕਰੀਏ ਕਿ ਕਿਉਂ ਉਹ ਥੱਲੇ ਜਾ ਰਹੇ ਆ। ਸਾਰਿਆਂ ਨੂੰ ਅਸੀਂ ਰਿਕਵਰੀ ਵਾਲੇ ਪਾਸੇ ਲਾਈ ਜਾਂਦੇ ਹਾਂ, ਅਸੀਂ ਰੀਟ੍ਰੈਜੀਸ਼ਨ ਵੀ ਤਾਂ ਕਰ ਸਕਦੇ ਹਾਂ ਨਾ, ਵੱਡੇ ਆ ਨਹੀਂ ਰਹੇ, ਇਹ ਅਸੀਂ ਦੇਖ ਲਿਆ। ਹੁਣ ਸਰਕਾਰ ਨੇ ਉੱਥੇ ਬੜੇ ਸੈਮੀਨਾਰ ਵੀ ਕੀਤੇ, ਮਾਰਕੀਟਿੰਗ ਦੇ ਕੰਬੀਨੇਸ਼ਨ ਵੀ ਕਰਾਏ, ਜਿੱਥੇ ਵੱਡੇ ਵੱਡੇ ਬੰਦਿਆਂ ਨੂੰ ਸੱਦਿਆ, ਆ ਕੇ ਉੱਥੇ ਫੋਰਮ ਤੇ ਕਹਿ ਜਾਂਦੇ ਵੀ ਵਿਲ ਸੀ ਟੂ ਇਟ, ਬਟ ਕਿੰਨਿਆਂ ਕੁ ਨੇ ਇਨਵੈਸਟਮੈਂਟ ਕੀਤੀ। ਪਰ ਤੁਸੀਂ ਆਪਣਾ ਗਰਾਊਂਡ ਟ੍ਰੈਵਲ ਦੇਖੋ ਕਿ ਅਸੀਂ ਜਿਹੜੇ ਵੱਡੇ ਨਹੀਂ ਆ ਰਹੇ, ਛੋਟਿਆਂ ਨੂੰ ਜਾਈਏ। ਹੁਣ ਛੋਟਿਆਂ ਦੀ ਠੀਕ ਹੈ 1500 ਕਰੋੜ ਹੈ, ਤੁਸੀਂ ਉਹਦੇ ਚੋਂ ਸਾਰਿਆਂ ਨੂੰ ਦੇਖੋ ਕਿ ਕਿਹਦੀ ਵੀ ਅਸੈਸੇਬਿਲਿਟੀ ਹੈਗੀ ਹੈ, ਕਿਹਦਾ ਕੀ ਕੰਮ ਹੈ, ਕਿਹਨੂੰ ਹੈ, ਉਹਦੇ ਹਿਸਾਬ ਨਾਲ ਫਿਰ ਤੁਸੀਂ ਇਹਦੀ ਇੱਕ ਮਾਰਕੀਟਿੰਗ ਪਲਾਨ ਬਣਾ ਕੇ ਦਿਓ। ਹੁਣ ਡਾਇਰੈਕਟਰ ਸਮਾਲ ਸਕੇਲ ਇੰਡਸਟਰੀਜ਼ ਦਾ ਦਫ਼ਤਰ ਹੈਗਾ, ਹੋਰ ਏਦਾਂ ਦੇ ਹੈਗੇ ਜਿਹਨਾਂ ਚ ਬੜੇ ਕਲਸਟਰਸ ਵੀ ਬਣਾਏ ਆ, ਹੋਰ ਹੈ, ਉਹਦੀ ਆਊਟਪੁੱਟ ਦੇਖੋ ਕਿ ਉਹਨਾਂ ਨੂੰ ਰੇਟ ਕਰੀਏ। ਅਸੀਂ ਪੰਜਾਬ ਚ ਇੱਕ ਬੜਾ ਵੱਡਾ ਜਿਹੜਾ ਗੈਪ ਹੈਗਾ, ਐਗਰੀਕਲਚਰ ਬਹੁਤ ਹੈ ਪਰ ਗੈਪ ਕੀ ਹੈ, ਐਗਰੋ ਬੇਸਡ ਇੰਡਸਟਰੀ ਦਾ, ਠੀਕ ਹੈ, ਐਗਰੋ ਪ੍ਰੋਸੈਸਿੰਗ ਇੰਡਸਟਰੀ ਨਹੀਂ ਹੈਗੀ ਪੰਜਾਬ ਚ। ਕਿਉਂ ਨੀ ਜਿਹੜੇ ਇੱਧਰ ਯੂਨਿਟ ਨਹੀਂ ਚੱਲਦੇ, ਚਾਹੇ ਉਹ ਕੰਪੀਟੀਸ਼ਨ ਕਰਕੇ ਹੋ ਗਿਆ, ਕਿਸੇ ਕਰਕੇ ਹੋ ਗਿਆ, ਉਹਨਾਂ ਨੂੰ ਥੋੜੀ ਬਹੁਤੀ ਮਦਦ ਕਰਕੇ ਅਸੀਂ ਉਹਨਾਂ ਨੂੰ ਐਗਰੋ ਪ੍ਰੋਸੈਸਿੰਗ ਵੱਲ ਲੈ ਕੇ ਆ। ਐਗਰੋ ਬੇਸਡ ਜਿਹੜੀਆਂ ਇੰਡਸਟਰੀਜ਼ ਹੈਗੀਆਂ, ਸਾਨੂੰ ਉਹ ਐਗਰੋ ਪ੍ਰੋਸੈਸਿੰਗ ਇੰਡਸਟਰੀ ਜ਼ਿਆਦਾ ਵਧਾਉਣੀ ਚਾਹੀਦੀ ਹੈਗੀ ਹੈ, ਕਿਉਂਕਿ ਐਗਰੋ ਪ੍ਰੋਸੈਸਿੰਗ ਇੰਡਸਟਰੀ ਨਾਲ ਸਾਡਾ ਐਗਰੀਕਲਚਰ ਦੀ ਆਊਟਪੁੱਟ ਉੱਧਰ ਖਪਤ ਹੋਏਗੀ, ਠੀਕ ਹੈ, ਜਿਹੜੀ ਅੱਜ ਸਾਨੂੰ ਫੂਡ ਸਰਪਲਸ ਕਹਿੰਦੇ ਆ ਜੀ, ਸਰਪਲਸ ਹੈ ਸਾਡੀ, ਉਹਦਾ ਡਿਮਾਂਡ ਵਧੂਗੀ। ਦੂਜੀ ਗੱਲ ਹੈ ਜਿਹੜੀਆਂ ਕਈ ਯੂਨਿਟਸ ਲੱਗਣਗੇ ਉਹਦੇ ਨਾਲ ਜਿਹੜਾ ਹੈਗਾ ਸਾਡੀ ਪ੍ਰੋਸੈਸਿੰਗ ਹੋਏਗੀ, ਤੇ ਨਾਲ ਉਹਦੇ ਨਾਲ ਜਿਹੜੇ ਲੋਕਾਂ ਦੀ ਓਵਰਆਲ ਡਿਮਾਂਡ ਵੀ ਪੂਰੀ ਹੋਊਗੀ। ਜਿਹੜੀ ਅਸੀਂ ਬਾਹਰੋਂ ਚੀਜ਼ਾਂ ਇੰਪੋਰਟ ਕਰਦੇ ਹਾਂ ਜਾਂ ਹੋਰ ਰੂਪਿਆਂ ਤੋਂ ਲੈ ਕੇ ਆਉਂਦੇ ਹਾਂ, ਉਹ ਸਾਡੇ ਕੋਲ ਬਣਨ ਲੱਗ ਜਾਣਗੀਆਂ। ਤੁਸੀਂ ਦੇਖੋ ਕਿਸੇ ਟਾਈਮ ਤੇ ਕੈਂਪਾ ਕੋਲਾ ਦੀ ਇੱਕ ਫੈਕਟਰੀ ਹੁੰਦੀ ਸੀ ਲੁਧਿਆਣੇ ਦੇ ਵਿੱਚ, ਅੱਜ ਕੋਕ ਨੇ ਉਹਦੀ ਜਗ੍ਹਾ ਲੈ ਲਈ ਹੈ। ਕੀ ਅਸੀਂ ਇਹ ਚੀਜ਼ਾਂ ਨੂੰ ਦੁਬਾਰਾ ਬਿਲਡ ਨਹੀਂ ਕਰ ਸਕਦੇ? ਹੁਣ ਜੇ ਮੈਂ ਗੱਲ ਕਰਦਾ ਕਿ ਇੱਕ ਵੱਡੀ ਇੰਡਸਟਰੀ ਤੁਸੀਂ ਲੈ ਕੇ ਆਉਂਦੇ ਹੋ, ਵੱਡੀ ਇੰਡਸਟਰੀ ਲੈ ਕੇ ਆਉਣ ਨਾਲ ਹੋ ਸਕਦਾ 3,000 ਤੋਂ 5,000 ਬੰਦੇ ਇੰਪਲੋਏ ਹੋ ਜਾਣ, ਬਟ ਉਹ ਇੱਕ ਹੈ। ਜੇ ਤੁਸੀਂ 7,000 ਦੀ ਜਗ੍ਹਾ ਤੇ 5,000 ਵੀ ਬਚਾ ਲਈਆਂ ਇੰਡਸਟਰੀ, 5,000 ਤੁਸੀਂ ਕਾਰਖਾਨੇ ਬਚਾਏ,
5000 बंदे भी इंपलॉय करन जी ते उनू मल्टीप्लाई कर लो 25000 बंदा तुहाडा इंपलॉयमेंट जनरेट हो गया ओदी ओ चीज बन गई मतलब ओदे नालों किते ज्यादा सानू बेनिफिशियल ए है। सो जेडी मैं गल कीती सी डायरेक्टर स्मॉल स्केल इंडस्ट्री दी सो ओ ए भी टैप करन कि जेडियां इंडस्ट्रीज साइकिल दे विच नहीं चलदियां हो जालियां उहनां नू डाइवर्सीफाई करा के ओ प्रोडक्ट्स बनवाए जान जिन्हां दी साडी लोकल डिमांड हैगी है जेडियां असीं चीजां बाहर तों इंपोर्ट करदे आ ओ इत्थे लोकलाइज बनवाईआं जान क्यों नहीं असीं बना सकते जिहदे नाल साडी अर्थव्यवस्था नू हुलारा मिलेगा साडी बेरोजगारी दूर होएगी लोकां दी जेब च पैसा आएगा। डॉक्टर साहब सरकारां इस पासे वल हाथ क्यों नहीं अजमाउंदियां क्यों वड्डे इंडस्ट्रियलिस्ट जिहड़े ने उहनां वल देखणा पैंदा जिवें तुसीं कहा कि मुंबई जाके उत्थों सद्दणा पैंदा अडानी अंबानी वर्गियां नूं उहनां नूं कहना पैंदा कि साडे इत्थे पंजाब दे विच तुसीं कोई इहो जिहा प्रोजैक्ट लाओ जिहदे नाल नौजवानां नूं रुजगार मिले जे हुण सरकार कहिंदी है कि असीं घर घर रुजगार देण दे लई तैयार हाँ असीं घर घर रुजगार देना चाहुंदे हाँ तां उह वी तां इक मिसाल बण सकदी है कि सरकारां इस पासे वल हथ अजमाउण फूड प्रोसैसिंग दी जिवें तुसीं गल कीती है कि हर कुछ इह तां नहीं कि वड्डे वड्डे साइलो बना के अंबानी अडानी नूं लाहा मिले सरकारां नूं वी हो सकदा लोकां नूं वी हो सकदा रुजगार वी वध सकदा। देखो यही चीज हैगी है अज जिहड़ी लोड है ना हुण जे तुसीं थोड़ा जिहा देखो सानू जिहड़ी है ना पंजाबी सोच की हो चुकी है कि सानू बाहरलियां ते वड्डियां चीजां बड़ियां फैसिनेट करदियां है ਇਹ ਬਹੁਤ ਵੱਡਾ ਜਿੰਨਾ ਵੱਡਾ ਬੰਦਾ ਉਹਨਾਂ ਸਾਨੂੰ ਜ਼ਿਆਦਾ ਚੰਗਾ ਲੱਗੇਗਾ ਇਹ ਛੋਟੇ ਬੰਦੇ ਜਿੰਨਾ ਮਰਜ਼ੀ ਵੀ ਐਲੀਵਰ ਹੋਵੇ ਪਰ ਇੱਕ ਸੋਚ ਬਣ ਚੁੱਕੀ ਹੈ ਠੀਕ ਹੈ ਨਹੀਂ ਕਿ ਅਸੀਂ ਜਿਹੜਾ ਉਸ ਤਰੀਕੇ ਨਾਲ ਉਹੀ ਤਰੀਕਾ ਸਰਕਾਰਾਂ ਨੂੰ ਲੱਗਦਾ ਕਿ ਅਸੀਂ ਉੱਥੇ ਜਾਵਾਂਗੇ ਉਹਨਾਂ ਨਾਲ ਮੀਟਿੰਗਾਂ ਕਰਾਂਗੇ ਤੇ ਉਹ ਚੀਜ਼ ਸਾਡੀ ਜਿਹੜੀ ਵੋਟਰਾਂ ਕੋਲੇ ਜਾਏਗੀ ਇਹ ਬਹੁਤ ਮਿਹਨਤ ਕਰ ਰਹੇ ਹੈਗੇ ਆ ਠੀਕ ਹੈ ਉਹਦੇ ਚ ਇਹਦੇ ਚ ਇਹ ਨਹੀਂ ਕਿ ਜੇ ਅਸੀਂ ਦੂਜੇ ਪਾਸੇ ਆ ਜਾਈਏ ਅਸੀਂ ਲੋਕਾਂ ਨੂੰ ਐਕਚੁਅਲ ਆਨਸਰ ਕਰਕੇ ਦੇ ਦਈਏ ਹੁਣ ਜੇ ਘਰ ਘਰ ਰੋਜ਼ਗਾਰ ਯੋਜਨਾ ਹੁਣ ਪਹਿਲੀ ਗੱਲ ਮੈਂ ਇੱਥੇ ਛੋਟੀ ਜਿਹੀ ਗੱਲ ਤੁਹਾਡੇ ਚ ਐਡ ਕਰਨਾ ਚਾਹੂੰਗਾ ਕਿ ਇਹ ਚੀਜ਼ ਸਾਨੂੰ ਵੀ ਸਮਝਣੀ ਚਾਹੀਦੀ ਹੈ ਕਿ ਜਦੋਂ ਕੋਈ ਕਹਿ ਦਿੰਦਾ ਘਰ ਘਰ ਰੋਜ਼ਗਾਰ ਦੇਵਾਂਗੇ ਜਾਂ ਕੋਈ ਕਹਿ ਦਿੰਦਾ 20 ਲੱਖ ਨੌਕਰੀਆਂ ਦੇਵਾਂਗੇ ਉਹਦੇ ਵਿੱਚ ਅਸੀਂ ਵੀ ਅਨੈਲਿਸਿਸ ਕਰਕੇ ਪੁੱਛੀਏ ਨਾ ਭਾਈ ਤੁਸੀਂ ਕਿੱਦਾਂ ਦਿਓਗੇ ਇਹ 20 ਲੱਖ ਨੌਕਰੀਆਂ ਘਰ ਘਰ ਰੋਜ਼ਗਾਰ ਦੀ ਯੋਜਨਾ ਕੀ ਹੈ ਕਿਸ ਤਰੀਕੇ ਨਾਲ ਕਿੰਨੇ ਸਮੇਂ ਦੇ ਵਿੱਚ ਕਿੰਨੀ ਹੋਊਗੀ ਕਿੰਨੀਆਂ ਪ੍ਰਾਈਵੇਟ ਕਿੰਨੀਆਂ ਸਰਕਾਰੀ ਕਿੰਨੀਆਂ ਤੁਸੀਂ ਜੋਬਸ ਕ੍ਰੀਏਟ ਕਰੋਗੇ ਕਿਸ ਤਰੀਕੇ ਨਾਲ ਕ੍ਰੀਏਟ ਕਰੋਗੇ ਠੀਕ ਹੈ ਨਾ ਹੁਣ ਇਹਦਾ ਪੀਰੀਅਡ ਵੀ ਤਾਂ ਹੋਣਾ ਚਾਹੀਦਾ ਹੈ ਨਾ ਕਿ ਜੇ ਮੈਂ 20 ਲੱਖ ਜਾਂ ਮੈਂ ਘਰ ਘਰ ਰੋਜ਼ਗਾਰ ਯੋਜਨਾ ਕ੍ਰੀਏਟ ਕਰਨੀ ਹੈ ਤਾਂ ਮੈਂ 1 ਸਾਲ ਚ ਇੰਨੇ ਲੋਕ ਇੰਨੀ ਟਾਈਮ ਦੇ ਵਿੱਚ ਕਰਾਊਂਗਾ ਠੀਕ ਹੈ ਉਹਦੇ ਚ ਵੇਰੀਏਬਿਲਿਟੀ ਹਮੇਸ਼ਾ ਹੁੰਦੀ ਹੈ ਡਾਟੇ ਪਰ ਇਹ ਤਾਂ ਨਹੀਂ ਵੀ ਤੁਸੀਂ ਅਖੀਰਲੇ ਸਾਲ ਤੱਕ ਲਈ ਆਓ ਅਖੀਰਲੇ ਸਾਲ ਚ ਤੁਸੀਂ ਕਹੋ ਜਦੋਂ ਵੋਟਾਂ ਫੇਰ ਆ ਜਾਂਦੀਆਂ ਉਦੋਂ ਸਰਕਾਰੀ ਨੌਕਰੀਆਂ ਕੱਢ ਦਿਓ ਠੀਕ ਹੈ ਉਦੋਂ ਪਹਿਲਾਂ ਸਾਡੇ ਕੋਲ ਪੈਸਾ ਹੁੰਦਾ ਨਹੀਂ ਕਿਸੇ ਵੀ ਸਰਕਾਰ ਸਮੇਂ ਦੀ ਸਰਕਾਰ ਦਾ ਇਹੀ ਹਾਲ ਹੈ ਠੀਕ ਹੈ ਉਦੋਂ ਪਹਿਲਾਂ ਸਾਡੇ ਕੋਲ ਪੈਸਾ ਨਹੀਂ ਹੁੰਦਾ ਫਿਰ ਅਖੀਰਲੇ ਸਾਲ ਚ ਪੈਸਾ ਕਿੱਥੋਂ ਆਉਂਦਾ ਅਲਟੀਮੇਟਲੀ ਹੁੰਦਾ ਕੀ ਹੈ ਕਿ ਉਹ ਭਰੀਆਂ ਨਹੀਂ ਜਾਂਦੀਆਂ ਬਿਲਕੁਲ ਸੋ ਸਰਕਾਰਾਂ ਵੱਡੀਆਂ ਜਿਹੜੇ ਵੱਡੇ ਵੱਡੇ ਫੰਡ ਇਕੱਠੇ ਕਰ ਲਏ ਜਾਂਦੇ ਨੇ ਆਨਲਾਈਨ ਰਜਿਸਟ੍ਰੇਸ਼ਨ ਹੁੰਦੀ ਆ ਲੋਕ ਆਪਣਾ ਜਿਹੜਾ ਇੱਕ ਪੋਸਟ ਦੇ ਲਈ ਲੱਖਾਂ ਲੋਕ ਜਿਹੜੇ ਅਪਲਾਈ ਕਰ ਦਿੰਦੇ ਨੇ ਇੱਕ ਡਾਕਟਰ ਸਾਹਿਬ ਜਦੋਂ ਅਸੀਂ ਜੇ ਮੈਂ ਇੱਕ ਵਾਰ ਫਿਰ ਫੂਡ ਪ੍ਰੋਸੈਸਿੰਗ ਦੀ ਗੱਲ ਕਰ ਰਿਹਾ ਸੀਗਾ ਕਿ ਫੂਡ ਪ੍ਰੋਸੈਸਿੰਗ ਦੇ ਵਿੱਚ ਇਹ ਜ਼ਰੂਰੀ ਕਿੰਨਾ ਕੁ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਸਾਈਲੋ ਉਹ ਸਿਰਫ ਅੰਬਾਨੀ ਅਡਾਨੀ ਲਾ ਸਕਦੇ ਨੇ ਜਾਂ ਪਿੰਡਾਂ ਦੇ ਵਿੱਚ ਕੋਈ ਇਹੋ ਜਿਹਾ ਕਿਉਂ ਨਹੀਂ ਮਤਲਬ ਕਿ ਸੋਸਾਇਟੀ ਪੱਧਰ ਦੇ ਉੱਤੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਪੱਧਰ ਦੇ ਉੱਤੇ ਜਾਂ ਸਰਕਾਰਾਂ ਦਾ ਸਹਿਯੋਗ ਲੈ ਕੇ ਉਹ ਖੁਦਮੁਖਤਿਆਰੀ ਕਿਉਂ ਨਹੀਂ ਹੁੰਦੀ ਕਿ ਅਸੀਂ ਆਤਮ ਨਿਰਭਰ ਹੋ ਕੇ ਅਸੀਂ ਫੂਡ ਪ੍ਰੋਸੈਸਿੰਗ ਆਪੋ ਆਪਣੇ ਪਿੰਡ ਦੇ ਵਿੱਚ ਇੱਕ ਥਾਂ ਤੇ ਇਹੋ ਜਿਹੇ ਸਾਈਲੋ ਲਗਾ ਲਏ ਜਾਣ। ਦੇਖੋ ਇਹ ਜਿਹੜੀ ਪੰਚਾਇਤਾਂ ਹੈ ਉਹ ਪਹਿਲੀ ਗੱਲ ਤਾਂ ਉਸ ਪੋਲੀਟੀਕਲ ਪਾਰਟੀਆਂ ਦੀ ਉਹ ਮੋਸਟ ਆਫ ਦੀ ਪੰਚਾਇਤ ਜੇ ਤੁਸੀਂ ਦੇਖੋਗੇ ਉਹ ਸਮੇਂ ਦੀ ਸਰਕਾਰ ਦੀ ਹੁੰਦੀ ਹੈ ਜਿਹੜੀ ਉੱਪਰ ਸਰਕਾਰ ਹੈਗੀ ਆ ਉਹਨਾਂ ਦੀਆਂ ਪੰਚਾਇਤਾਂ ਠੀਕ ਹੈ ਉਹਨਾਂ ਨੇ ਉਸੇ ਤਰੀਕੇ ਨਾਲ ਚੱਲਣਾ ਹੈ ਜਿਸ ਤਰ੍ਹਾਂ ਸਰਕਾਰ ਚਲਾਉਂਦੀ ਉਹ ਉਹਦੇ ਤੋਂ ਬਾਅਦ ਨਹੀਂ ਦੂਜਾ ਪੰਚਾਇਤਾਂ ਕੋਲੇ ਤਾਂ ਇੰਨਾ ਜਿਹੜਾ ਪਾਵਰ ਹੀ ਨਹੀਂ ਦਿੱਤੀ ਹੋਈ ਠੀਕ ਹੈ ਕਹਿਣ ਨੂੰ ਹੈ ਕੰਸਟੀਟਿਊਸ਼ਨ ਦੇ ਵਿੱਚ ਹੈਗਾ ਜਿਵੇਂ ਤੋਂ ਬਣੇ ਹੈ ਪਰ ਦਿੱਤਾ ਕੀ ਹੈ ਨਾ ਹੀ ਅਸੀਂ ਕਦੇ ਮੰਗਿਆ ਹੁਣ ਜਿਹੜੀ ਗੱਲ ਕੋਆਪਰੇਟਿਵ ਸੁਸਾਇਟੀਆਂ ਦੀ ਜਾਂ ਤੁਸੀਂ ਕੀਤੀ ਹੈ ਇਹ ਲੋਕ ਆਪ ਸਮਝਣ ਜਿਵੇਂ ਆਹ ਕਿਸਾਨ ਯੂਨੀਅਨ ਨਾਲ ਲੱਗੇ ਹੈਗੇ ਹੈ ਕਿਸਾਨ ਇਹ ਚੀਜ਼ਾਂ ਬਣਾਉਣ ਇਹ ਇੱਧਰ ਬਣਾਉਣ ਕਿ ਅਸੀਂ ਅੱਜ ਇਕੱਠੇ ਹੋ ਕੇ ਜਿਵੇਂ ਅੱਜ ਸਾਰੇ ਇਕੱਠੇ ਹੋ ਕੇ ਉੱਥੇ ਬੈਠੇ ਹੈਗੇ ਆ ਪਿੰਡਾਂ ਦੇ ਪਿੰਡ ਉੱਥੇ ਬੈਠੇ ਆ ਠੀਕ ਹੈ ਹਰ ਪਿੰਡ ਦਾ ਨਾਂ ਲੱਗਿਆ ਇਵੇਂ ਇਕੱਠੇ ਹੋ ਕੇ ਕਿਉਂ ਨੀ ਆਪਦੇ ਬਣਾ ਸਕਦੇ ਆਪਦੀ ਸਟੋਰੇਜ ਕਰਕੇ ਆਪਦੇ ਤਰੀਕੇ ਨਾਲ ਆਪਦੇ ਛੋਟੇ ਪ੍ਰੋਸੈਸਿੰਗ ਯੂਨਿਟ ਲਾ ਸਕਦੇ ਪਰ ਉਹਦੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਉਹ ਇਸ ਵਕਤ ਆ ਰਹੀ ਹੈਗੀ ਹੈ ਕਿ ਗਾਈਡੈਂਸ ਹੈ ਨੀ
ਬਿਲਕੁਲ ਜਿਹੜੀ ਐਕਚੁਅਲ ਗਾਈਡੈਂਸ ਦੀ ਕਮੀ ਹੈ ਉਹਨਾਂ ਨੂੰ, ਇੱਕ ਤਾਂ ਲੋਨ ਦੀ ਇਕੱਠੇ ਕਰਨ ਦੀ, ਉਹ ਯੂਨੀਅਨ ਨਾਲੇ ਇਹ ਕੰਮ ਕਰਨ ਕੇ ਉਹਨਾਂ ਨੂੰ ਇਕੱਠੇ ਕਰਕੇ ਜਿਵੇਂ ਹੁਣ ਇਕੱਠੇ ਕੀਤੇ ਹੈ ਇਹਨੂੰ ਪੱਧਰ ਨੂੰ ਸਟਰੋਂਗ ਕਰਨ, ਉਹਨਾਂ ਨੂੰ ਸਮਝਾ ਕੇ ਉਸੇ ਤਰੀਕੇ ਨਾਲ ਲੈ ਕੇ ਆਉਣ। ਦੂਜੀ ਹੈ ਕਿ ਜੇ ਥੋੜੀ ਜਿਹੀ ਇੱਥੇ ਜਿਵੇਂ ਹੁਣ ਮੈਂ ਮਾਰਕੀਟਿੰਗ ਦੀ ਗੱਲ ਕੀਤੀ ਹੈ, ਐਗਰੀਕਲਚਰ ਦੇ ਵਿੱਚ ਅੱਜ ਜਿਹੜੀ ਪ੍ਰੋਬਲਮ ਸਾਡੀ ਹੈਗੀ ਹੈ ਉਹ ਪ੍ਰੋਬਲਮ ਸਾਡੀ ਪ੍ਰੋਡਕਸ਼ਨ ਦੀ ਨਹੀਂ ਹੈ, ਪ੍ਰੋਡਕਸ਼ਨ ਚ ਅਸੀਂ ਬਹੁਤ ਉੱਤੇ ਹਾਂ। ਅੱਜ ਪ੍ਰੋਬਲਮ ਹੈ ਕਿ ਮਾਰਕੀਟਿੰਗ ਦੀ, ਇਸੇ ਮਾਰਕੀਟਿੰਗ ਕਰਕੇ ਹੀ ਤਾਂ ਸਰਕਾਰ ਵੀ, ਕੇਂਦਰ ਸਰਕਾਰ ਕਹਿੰਦੀ ਹੈ ਸਰਪਲਸ ਹੈ ਤੇ ਉਹ ਸਰਕਾਰੀ ਖਰੀਦ ਤੋਂ ਖਹਿੜਾ ਛੁਡਾਉਣਾ ਚਾਹੁੰਦੀ ਹੈ। ਠੀਕ ਹੈ, ਹੁਣ ਜੇ ਅਸੀਂ ਇਹਨੂੰ ਦੇਖੀਏ ਕਿ ਇੱਕ ਗਵਰਨਮੈਂਟ ਇੱਕੋ ਹੀ ਕੰਮ ਕਰਦੇ, ਸਾਨੂੰ ਇੱਕ ਸੈਪਰੇਟ ਮਾਰਕੀਟ ਇੰਸਟੀਟਿਊਟ ਸੈਟਅਪ ਕਰਦੇ, ਠੀਕ ਹੈ, ਜਿਹਦਾ ਕੰਮ ਇਹ ਹੋਵੇ ਕਿ ਉਹਨਾਂ ਨੇ ਦੇਸ਼ ਵਿਦੇਸ਼ ਚ ਕਿਹੜੇ ਚੀਜ਼ ਦੀ ਕਿੰਨੀ ਡਿਮਾਂਡ ਹੈਗੀ ਹੈ, ਉਹ ਚੀਜ਼ ਉੱਥੋਂ ਡਿਮਾਂਡ ਲੈ ਕੇ ਫਿਰ ਉਹ ਦੇਖੀ ਜਾਵੇ ਕਿ ਸਾਡੇ ਸੂਬੇ ਦੇ ਵਿੱਚ ਉਹ ਪੈਦਾ ਕੀਤੀ ਜਾ ਸਕਦੀ ਹੈ। ਜੇ ਉਹ ਸਾਡੇ ਸੂਬੇ ਦੇ ਵਿੱਚ ਪੈਦਾ ਹੋ ਸਕਦੀ ਹੈ ਤੇ ਫਿਰ ਕੀ ਉਹ ਸਾਡੇ ਲਈ ਲਾਹੇਵੰਦ ਹੋਊਗੀ, ਇਹ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੱਸਣ ਸਾਨੂੰ। ਠੀਕ ਹੈ, ਕਿਸਾਨਾਂ ਨੂੰ ਪੂਰਾ ਪ੍ਰੋਜੈਕਟ ਬਣਾ ਕੇ ਦਿੱਤਾ ਜਾਵੇ, ਫਿਰ ਉਹਨੂੰ ਇਹ ਨਹੀਂ ਵੀ ਕਿਸਾਨ ਨੂੰ ਹਿੱਟ ਐਂਡ ਟ੍ਰਾਇਲ ਤੇ ਛੱਡ। ਦੂਜਾ ਹੈ ਕਿ ਇਹਦੇ ਲਈ ਇਨਫਰਾਸਟ੍ਰਕਚਰ, ਇਹਦੇ ਲਈ ਕੋਈ ਬਹੁਤਾ ਇਨਫਰਾਸਟ੍ਰਕਚਰ ਨਵਾਂ ਖੜਾ ਕਰਨ ਦੀ ਲੋੜ ਨਹੀਂ। ਹਰ ਦੇਖੋ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਹੈਗੇ ਹੈ, ਬਿਜ਼ਨਸ ਮੈਨੇਜਮੈਂਟ ਦੇ ਵੀ ਹੈਗੇ ਹੈ, ਖਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ। ਮੈਂ ਖੇਤੀਬਾੜੀ ਯੂਨੀਵਰਸਿਟੀ ਦਾ ਕਿਉਂ ਕਹਿ ਰਿਹਾ, ਕਿਉਂਕਿ ਉੱਥੇ ਮਾਰਕੀਟਿੰਗ ਦੇ ਨਾਲ ਨਾਲ ਜਿਹੜੀ ਦੂਜੀ ਵੀ ਹੈ ਵੀ ਕਿਹੜੀ ਚੀਜ਼ ਸਾਡੇ ਇੱਥੇ ਪੈਦਾ ਕੀਤੀ ਜਾ ਸਕਦੀ ਹੈ, ਉਹਦਾ ਬੀਜ ਕੁਆਲਿਟੀ ਕੀ ਹੈ, ਜੇ ਉਹਦੇ ਸਾਨੂੰ ਵਧਾਉਣ ਦੀ ਲੋੜ ਪੈਂਦੀ ਹੈ। ਹੁਣ ਇਹਦੇ ਨਾਲ ਹੋਏਗਾ ਕੀ, ਇਹਦੇ ਨਾਲ ਖੇਤੀਬਾੜੀ ਮਹਿਕਮਾ ਤੇ ਡੇਅਰੀ ਡਿਵੈਲਪਮੈਂਟ ਨਾਲ ਜੋੜ ਲਓ, ਜਿਹੜੀ ਪਸਾਰ ਸਿੱਖਿਆ ਅੱਜ ਉਹ ਦੇ ਰਹੇ ਆ, ਪਸਾਰ ਸਿੱਖਿਆ ਤਾਂ ਬਹੁਤ ਕੁਛ ਹੋ ਗਿਆ ਕੰਮ, ਉਹ ਮਾਰਕੀਟਿੰਗ ਦੀ ਵੀ ਸਿੱਖਿਆ ਦੇਣ ਕਿਸਾਨਾਂ ਨੂੰ। ਠੀਕ ਹੈ, ਉਹਦੇ ਨਾਲ ਆਜੂਗੀ ਜਿਹੜੀਆਂ ਪੰਜ ਏਜੰਸੀਆਂ ਸਰਕਾਰ ਦੀਆਂ ਹੈਗੀਆਂ, ਮਾਰਕਫੈਡ, ਗ੍ਰੇਨ, ਪੰਸੇਡ, ਇਹ ਸਾਰੀਆਂ ਪੰਜਾਂ ਨੂੰ ਇਕੱਠੀਆਂ ਕਰਕੇ ਦੋ ਨੂੰ ਲਾ ਦਿਓ ਕਿ ਜੋ ਤੁਸੀਂ ਕਰਨਾ ਹੈ ਉਹ ਸਿਰਫ ਸੂਬੇ ਦੇ ਅੰਦਰ ਦੀ ਅਨਾਜ ਦੀ ਸਾਂਭ ਸੰਭਾਲ ਕਰਨੀ, ਇਹਨਾਂ ਨੂੰ ਬਾਹਰੋਂ ਮਾਰਕੀਟਿੰਗ ਦੇ ਆਰਡਰ ਦੇਣ ਤੇ ਲਾ। ਠੀਕ ਹੈ, ਇੱਕ ਪਾਸੇ ਕਿਸਾਨਾਂ ਦੀਆਂ ਮੰਡੀਆਂ ਕੋਆਪਰੇਟਿਵ ਸੋਸਾਇਟੀਆਂ ਬਣਾ ਕੇ ਸਿਲੋਜ਼ ਆਪਦੇ ਸਟੋਰ ਕਰ ਲੈਣ, ਦੂਜੇ ਪਾਸੇ ਇਹ ਡਿਮਾਂਡ ਅਸੈਸ ਕਰਕੇ ਲਿਆਉਣ। ਹੁਣ ਜਿਹੜਾ ਖੇਤੀਬਾੜੀ ਤੇ ਡੇਅਰੀ ਡਿਵੈਲਪਮੈਂਟ ਨਾਲ ਰਲ ਕੇ ਆਪਦੀ ਲੋਕਲ ਡਿਮਾਂਡ ਅਸੈਸ ਕਰਕੇ ਜਿਹੜਾ ਰਕਬਾ ਉਹਨੂੰ ਪਾਸੇ ਰਹਿ ਗਿਆ, ਲੋਕਲ ਡਿਮਾਂਡ ਜਿਸ ਪ੍ਰੋਡਕਟ ਦੀ ਹੈਗੀ ਹੈ ਜਿਹੜੀਆਂ ਅਸੀਂ ਸੈਲਫ ਹੋ ਸਕਦੇ ਹਾਂ ਕਲਟੀਵੇਸ਼ਨ ਦੇ ਵਿੱਚ, ਉਹ ਅਸੀਂ ਆਪਦੀ ਜ਼ਰੂਰਤ ਲਈ ਆਪ ਉਗਾਈਏ, ਉਹ ਤੋਂ ਬਾਅਦ ਜਿਹੜਾ ਰਕਬਾ ਰਹਿ ਗਿਆ ਉਹ ਸਿਰਫ ਡਿਵਾਈਡ ਕਰਕੇ ਉਹਨਾਂ ਚੀਜ਼ਾਂ ਦਾ ਬੀਜਿਆ ਜਾਵੇ ਜਿਨ੍ਹਾਂ ਦੀ ਬਾਹਰ ਸਾਡੀ ਡਿਮਾਂਡ ਹੈ, ਜਿਨ੍ਹਾਂ ਦਾ ਅਸੀਂ ਬਾਹਰ ਉਹ ਵੇਚ ਸਕਦੇ ਹਾਂ। ਉਹਦੇ ਨਾਲ ਹੋਊਗਾ ਕਿ ਇੱਕ ਤਾਂ ਜਿਹੜੀ MSP ਤੇ ਆ ਜਾਊਗੀ, ਤਕਰੀਬਨ ਚੀਜ਼ਾਂ ਆ ਜਾਣਗੀਆਂ। ਹਾਂ, ਕਿਤੇ MSP ਘੱਟਦੀ ਵੱਧਦੀ ਹੈਗੀ ਹੈ ਕਿਉਂਕਿ ਇੰਟਰਨੈਸ਼ਨਲ ਪ੍ਰਾਈਸਿਸ ਵੇਰੀ ਕਰ ਜਾਂਦੇ, ਤੇ ਇੱਕ ਫੰਡ ਤੌਰ ਤੇ ਸਟ੍ਰੇਟ ਕੀਤਾ ਜਾ ਸਕਦਾ ਹੈਗਾ ਕਿ ਉਹ ਜਿਹੜਾ ਟੈਕਸਿਸ ਚੋਂ ਡਿਫਰੈਂਟ ਡਿਫਰੈਂਟ ਜਿਹੜੇ ਇਕੱਠੇ ਹੁੰਦੇ ਆ ਉਹਨਾਂ ਚੋਂ ਅਸੀਂ ਪੂਲ ਇਨ ਕਿਤੇ ਨਾ ਕਿਤੇ ਕਰੀ ਜਾਈਏ ਤੇ ਜਦੋਂ ਕਿਤੇ ਲੋੜ ਪਵੇ ਉਹ ਉੱਥੇ ਅਸੀਂ ਯੂਜ਼ ਕਰ ਲਈਏ। ਠੀਕ, ਉਹਦੇ ਨਾਲ ਡਾਇਵਰਸੀਫਿਕੇਸ਼ਨ ਦਾ ਵੀ ਸਾਡਾ ਕੰਮ, ਜਿਹੜਾ ਰੌਲਾ ਪੈਂਦਾ ਨਾ ਡਾਇਵਰਸੀਫਿਕੇਸ਼ਨ ਨਹੀਂ ਹੋ ਰਹੀ, ਡਾਇਵਰਸੀਫਿਕੇਸ਼ਨ ਨਹੀਂ ਹੋ ਰਹੀ, ਇਹਦੇ ਨਾਲ ਡਾਇਵਰਸੀਫਿਕੇਸ਼ਨ ਦਾ ਵੀ ਕੰਮ ਆਟੋਮੈਟਿਕ ਹੀ ਹੋ ਜਾਏਗਾ ਕਿਉਂਕਿ ਅਸੀਂ ਲਾਉਣਾ ਹੀ ਉਹ ਚੀਜ਼ ਹੈ ਜਿਹਦੀ ਡਿਮਾਂਡ ਹੈਗੀ ਹੈ, ਤੇ ਉਹ ਚੀਜ਼ਾਂ ਤਾਂ ਵੱਢੀਆਂ ਗਈਆਂ, ਕਣਕ ਝੋਨੇ ਤੋਂ ਅਸੀਂ ਆਟੋਮੈਟਿਕਲੀ ਨਿਕਲ ਗਏ। ਠੀਕ ਹੈ, ਜਿੰਨਾ ਸੋ ਇਹ ਚੀਜ਼ਾਂ ਨੂੰ ਕਰਕੇ ਕਰਨਾ ਚਾਹੀਦਾ। ਹੁਣ ਅੱਜ ਮਾਰਕੀਟਿੰਗ ਦੇ ਵਿੱਚ ਹੋ ਕੀ ਰਿਹਾ, ਸਿਰਫ ਸਾਨੂੰ ਮੰਡੀਆਂ ਦੇ ਭਾਅ ਦੱਸ ਦਿੱਤੇ ਜਾਂਦੇ ਆ, ਇਹ ਮਾਰਕੀਟਿੰਗ ਨਹੀਂ ਹੈਗੀ ਕਿ ਮੰਡੀਆਂ ਦੇ ਭਾਅ ਦੱਸ ਦਿਓ ਤੇ ਦੈਟ ਇਜ਼ ਮਾਰਕੀਟਿੰਗ, ਇਹ ਤਾਂ ਨਹੀਂ ਮਾਰਕੀਟਿੰਗ ਹੈਗੀ। ਸੋ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ, ਇਹਦੇ ਨਾਲ ਫਿਰ ਕਿਸਾਨਾਂ ਦੀ ਜਿਹੜੀ ਇੰਟਰਨਲ ਕੋਆਪਰੇਟਿਵ ਸਟੋਰੇਜ ਜਦੋਂ ਉਹਨਾਂ ਨੂੰ ਦਿਖੇਗਾ ਕਿ ਇਹ ਚੀਜ਼ ਖੋਲੀ ਹੈ ਅਸੀਂ ਕਰ ਸਕਦੇ ਹਾਂ, ਤਾਂ ਉਹ ਵੀ ਨਾਲ ਲਾ ਕੇ ਉਹ ਚੀਜ਼ਾਂ ਬਣ ਸਕਦੀਆਂ, ਬਿਲਕੁਲ ਬਣ ਸਕਦੀਆਂ। ਪਰ ਨਾਲ ਮੇਰੀ ਇਹਦੇ 'ਚ ਇਹ ਵੀ ਹੈ ਕਿ ਈਵਨ ਤੱਕ ਜਿਹੜੀਆਂ ਕਿਸਾਨ ਯੂਨੀਅਨ ਵੀ ਆਪਣੇ ਲੈਵਲ ਤੇ ਛੋਟੇ ਮਾਰਕੀਟਿੰਗ ਸੈੱਲ ਵੀ ਨਾਲ ਕ੍ਰੀਏਟ ਕਰ, ਉਹ ਵੀ ਕਰ ਸਕਦੀਆਂ ਜਿਹੜੇ ਕਿਸਾਨਾਂ ਨੂੰ ਗਾਈਡ ਕਰਨ, ਤੇ ਨਾਲ ਉਹਨਾਂ ਦਾ ਕੰਮ ਇਹ ਵੀ ਹੋਏਗਾ ਕਿ ਸਟੋਰੇਜ ਕੋਆਪਰੇਟਿਵ ਦਾ ਕਿੱਦਾਂ ਉਹਨਾਂ ਨੂੰ ਕਰਨਾ ਹੈਗਾ, ਕਿੰਨੀ ਸਟੋਰੇਜ ਕਿੰਨੇ ਪਿੰਡ ਨੂੰ ਕਿਵੇਂ ਚਾਹੀਦੀ ਹੈ, ਕੂਲਿੰਗ ਕਰਕੇ ਕਿੱਦਾਂ ਬਣਾ ਸਕਦੇ ਆ, ਉਹ ਇੱਕ ਪ੍ਰੋਪਰ ਪਲਾਨ ਸ਼ੇਪ ਚ ਆ ਜਾਏ। ਬਿਲਕੁਲ ਬਿਲਕੁਲ, ਪਰ ਇਹਦੇ ਵਿੱਚ ਸਰਕਾਰ ਦਾ ਜਿਹੜਾ ਉਹ ਸਹਿਯੋਗ ਉਹ ਵੀ ਜਿਹੜਾ ਜ਼ਰੂਰੀ ਹੈ, ਕਿਉਂਕਿ ਜੇ ਸਰਕਾਰ ਸਹਿਯੋਗ ਨਹੀਂ ਕਰੇਗੀ ਤਾਂ ਲੋਕਾਂ ਨੂੰ ਕਿਤੇ ਨਾ ਕਿਤੇ ਦਿੱਕਤਾਂ ਜ਼ਰੂਰ ਆਉਣਗੀਆਂ, ਕਿਸਾਨਾਂ ਨੂੰ ਹੋਣ ਭਾਵੇਂ। ਜਦੋਂ ਆਪਾਂ ਡਾਕਟਰ ਸਾਹਿਬ ਹੁਣ ਇਹ ਸਾਰਾ ਖੇਤੀ ਮਾਡਲ ਦਾ ਪਲਾਨ ਤਾਂ ਤੁਸੀਂ ਸਮਝਾਤਾ ਕਿ ਇਸ ਤਰੀਕੇ ਨਾਲ ਹੋ ਸਕਦਾ ਜੇ ਕਿਸਾਨ ਚਾਹੁਣ, ਜੇ ਉਹ ਚਾਹੁੰਦੇ ਨੇ ਕਿ ਕਿੱਦਾਂ ਡਾਇਵਰਸੀਫਿਕੇਸ਼ਨ ਵੀ ਸਾਹਮਣੇ ਆ ਸਕਦੀ ਹੈ, ਕਣਕ ਤੇ ਝੋਨੇ ਤੋਂ ਵੀ ਬਾਹਰ ਨਿਕਲਿਆ ਜਾ ਸਕਦਾ, ਬਹੁਤ ਕੁਝ ਇਹਦੇ ਨਾਲ ਪੰਜਾਬ ਦੇ ਪਾਣੀਆਂ ਦੀ ਵੀ ਜਿਹੜੀ ਆ ਕਿਤੇ ਨਾ ਕਿਤੇ ਖਪਤ ਜਿੰਨੀ ਵੱਧ ਹੋ ਰਹੀ ਹੈ ਉਹਦੇ ਤੋਂ ਵੀ ਬਚਿਆ ਜਾ ਸਕਦਾ।
पर जदों तुसी एक बारी मैं फिर थोड़ा होर पिछे जदों तुसी इंडस्ट्री की गल की थोड़ा उहदा भी प्लान समझाओ ताकि सरकार तक भी यह गल पहुंचे इंडस्ट्री किस तरह अपने पैरों से हो सकती है ये किदा पंजाब की अर्थव्यवस्था सही होएगी उहदा भी प्लान दस्सो थोड़ा। देखो जिदा सानू ए थोड़ा जा समझना चाहिए एक्चुअली प्रॉब्लम की है जी असि जे सबसिडिया देने तैयार हो जाने ठीक है पर छोटिया सबसिडिया दे के राजी नहीं उत्थे रौला पैंदा चाहे वह किसान हो चाहे छोटा इंडस्ट्री वर्क हो चीजा नहीं मिलदियां। हुण तुसी एक गल मैं कही सी 1500 करोड़ तुसी एक फिगर देखो 1500 करोड़ किथे कई वड्डियां इंडस्ट्रियां दे किन्ने किन्ने हजार करोड़ राइट ऑफ होए है ते की 7000 इंडस्ट्री दा 1500 करोड़ नहीं किते सेटल कीता जा सकता भी इन्ना कुछ असी करदे आ इन्ना तुसी उहदे च इंटरवीन करो ते उहदे हिसाब नाल असी करके ते एक प्लान बनाई है। मैं खास करके जिहड़ी पहला भी गल कही सी कि सारियां नूं रिकवरी च ना पाओ देखो असैसमेंट करो कि रीस्ट्रक्चर कर सकते हैं रीअसैसमेंट करके कैपिटलाइजेशन प्लान बनाओ ठीक है जेडी नहीं हो सकती रिकवरी च पाओ ये चीज है। दूजा उन्होंने भी मार्केटिंग दा क्योंकि छोटे जो कारखानेदार है उन्होंने भी किसान वालों आपका एक्सपीरियंस या उन्ने फंड्स नहीं है कि आपकी रिसर्च एंड डिवेलपमेंट आप कर लैन इसे करके मैं जी गल की डायरेक्ट स्मॉल स्केल इंडस्ट्रीज की हो ताकि उन्होंने रोप इन किया जाए किन्ने देखो पंजाब दे विच 20 स्कूल है उन्होंने रोप इन कर लिया जाए इंडस्ट्री लई ठीक है उधर तक खेतीबाड़ी यूनिवर्सिटी मैं रोप इन किया इतने 20 स्कूल रोप इन कर सकते हो बिजनेस स्कूल है उन्होंने काम यह है ब्रांड डिवेलप करना ब्रांड इक्विटी छोटे यूनिट जो स्टार्ट होंगे उन्होंने असं ब्रांड बनवाइए करिए हूँ ये कारखानेदार सपोर्ट बिना नहीं हो सकता। दूजी है थोड़ा जा सानू यह भी देखना पड़ेगा जो साढ़े सूबे दूजे छोटिया खिंचन दे रहे हैं बेनीफिट्स ठीक है चाहे कोई लोग टैक्स का बेनीफिट दे रहा है टैक्स च छोट हैगी है चाहे कोई कोई दे रहा उस चीजा सानू भी लागू करनिया पैनिया ताही असी उन्होंने इतने रख पावे पर केंद्र च सानू पहली सोच ये बदलनी पैनी है कि वड्डियां दे पिछे भज्जन की बजाय असी छोटिया बचाउण की गल कर बिल्कुल डॉक्टर साहब ये किन्ना जरूरी हो जाता है कि एक सूबे नूं पैरां सिर करन दे लई लोन दी भी लोड़ पैंदी है फिर सरकार उहदा कर्जा लाउण दे विच ही जिहड़ा किते ना किते खर्चत हो जाती है उधर ही बिजी हो जाते हैं कर्जा लथदा नहीं जिवें हुण 3 लाख करोड़ पंजाब सिर होण वाला। देखो ये लोन लैणा भी पैंदा है कई बार ये नहीं हैगा पर लोन किन्ना लिया जाए ये ना होवे कि चौथा हिस्सा जिहड़ा ਤੁਹਾਡੇ ਬਜਟ ਦਾ ਉਹ ਲੋਨ ਦੇ ਦੇਣ ਚ ਨਿਕਲ ਜੇ ਤੇ ਮਗਰ ਰਹਿ ਕੀ ਜਾਊਗਾ ਸੋ ਸਾਨੂੰ ਸਮਝਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਹੈਗੇ ਹੈ ਉਹ ਕਿੰਨੇ ਕੁ ਸਾਡੇ ਕੋਲ ਰਿਸੋਰਸਿਸ ਹੈਗੇ ਜਿਹਦੇ ਤੋਂ ਅਸੀਂ ਕਿੰਨਾ ਲੋਨ ਲੈ ਸਕਦੇ ਹਾਂ ਅਸੀਂ ਉਸੇ ਤਰੀਕੇ ਨਾਲ ਚੀਜ਼ਾਂ ਕਰੀਏ। ਹੁਣ ਬੜੀ ਛੋਟੀ ਜਿਹੀ ਉਦਾਹਰਨ ਮੈਂ ਦਿੰਦਾ ਠੀਕ ਹੈ ਟੈਕਸੇਸ਼ਨ ਚ ਸਾਨੂੰ ਕਈ ਪ੍ਰੋਬਲਮਸ ਆਈਆਂ ਪਰ ਫਿਰ ਵੀ ਕਈ ਜਗ੍ਹਾ ਤੇ ਕਈ ਟੈਕਸ ਅੱਜ ਵੀ ਸਟੇਟ ਦੇ ਹੈਗੇ ਹੈ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਜੇ ਉਗਰਾਇਆ ਜਾਵੇ ਉੱਥੇ ਜਿਹੜੀ ਪਿਲਫਰੇਜ ਖਤਮ ਕੀਤੀ ਜਾਵੇ ਤਾਂ ਉਹ ਚੀਜ਼ਾਂ ਕਾਫੀ ਚੀਜ਼ਾਂ ਸਾਨੂੰ ਸਹਾਰਾ ਦੇ ਸਕਦੀਆਂ ਠੀਕ ਹੈ ਇਹ ਨਹੀਂ ਕਿ ਜਮਾਂ ਰਿਸੋਰਸਿਸ ਮਰ ਗਏ ਠੀਕ ਹੈ GST ਕੇਂਦਰ ਸਰਕਾਰ ਲੈ ਗਈ ਵੈਟ ਨੂੰ GST ਚ ਕਨਵਰਟ ਕਰਕੇ ਉਹ ਲੈ ਗਏ ਉਹਨਾਂ ਨੇ ਉਸ ਚੀਜ਼ ਨੂੰ ਤੇ ਹੁਣ ਅੱਜ ਹੋਇਆ ਕੀ ਹੈ ਉਹ ਚੀਜ਼ ਉਹ ਲੈ ਗਏ ਜਿਹੜੇ ਸਟੇਟ ਕੋਲੇ ਰਹਿੰਦੇ ਆ ਹੁਣ ਪੈਟਰੋਲ ਤੇ ਤਾਂ ਡਾਇਰੈਕਟ ਲੱਗਦਾ ਹੈਗਾ ਪੈਟਰੋਲ ਡੀਜ਼ਲ ਤੇ ਉਹ ਸਟੇਟ ਨੂੰ ਹੈ ਰੇਟ ਚੋਂ ਆਉਂਦਾ ਹੈਗਾ ਇਹ ਸਾਰੀਆਂ ਚੀਜ਼ਾਂ ਦੀ ਇਨਕਮ ਤਾਂ ਹਜੇ ਸਟੇਟ ਨੂੰ ਹੈਗੀ ਹੈ ਪਰ ਇਹ ਚੱਜ ਨਾਲ ਉਗਰਾਇਆ ਨਹੀਂ ਜਾ ਠੀਕ ਹੈ ਇਹਦੀ ਪਿਲਫਰੇਜ ਰੋਕੀ ਜਾਵੇ ਉਹਨੂੰ ਪ੍ਰੋਪਰਲੀ ਲੋਕੇਟ ਕੀਤਾ ਜਾਵੇ ਲਿੰਕਰ ਚੋਂ ਆਉਂਦਾ ਹੈਗਾ ਸੋ ਇਹਨਾਂ ਦੇ ਉੱਤੇ ਕੰਮ ਕਰਕੇ ਟੈਕਸ ਨੂੰ ਜਿਹੜਾ ਉਗਰਾਉਣ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਚੀਜ਼ਾਂ ਜੋੜੀਆਂ ਜਾਣ ਤੇ ਦੂਜਾ ਹੈ ਕਿ ਹੁਣ ਤੋਂ ਇੱਕ ਚੀਜ਼ ਬੜੀ ਸਾਫ਼ ਕਰਨੀ ਪਊਗੀ ਕਿ ਜੇ ਅੱਗੇ ਤੋਂ ਬਚਣਾ ਹੈ ਕਿ ਨਵਾਂ ਲੋਨ ਨਾ ਲਿਆ ਜਾਵੇ ਹਾਲਾਂਕਿ ਹੁਣ ਫਿਰ ਸਰਕਾਰ ਨੇ ਲਿਆ ਕਿਉਂਕਿ ਜਦੋਂ GST ਦੀ ਕਿਸ਼ਤ ਨਹੀਂ ਕਹਿੰਦਾ ਨੇ ਦਿੱਤੀ ਉਹਨਾਂ ਨੇ ਕਿਹਾ ਪਲਾਨ ਤੁਸੀਂ ਆਪਟ ਕਰ ਲਓ ਕਿਹੜਾ ਲੈਣਾ ਹੈਗਾ RBI ਤੋਂ ਪਲਾਨ ਇਹ ਲੈਣਾ ਕਿ B ਲੈਣਾ ਤੁਸੀਂ ਉਹ ਆਪ ਪਾ ਲਓ ਮਜਬੂਰੀ ਬਸ ਸਾਨੂੰ ਵੀ ਜਿਹੜਾ 9044 ਕਰੋੜ ਦਾ ਲੋਨ ਫਿਰ ਲੈਣਾ ਪਿਆ ਹੈਗਾ ਪਰ ਉਹਦੇ ਵਿੱਚ ਸਾਨੂੰ ਹੁਣ ਅੱਗੇ ਤੋਂ ਇਹ ਲਾਉਣਾ ਪਊਗਾ ਕਿਤੇ ਨਾ ਕਿਤੇ ਸਾਨੂੰ ਇਹ ਲਾਉਣਾ ਪਊਗਾ ਕਿ ਅਸੀਂ ਹੁਣ ਬਸ ਕਰੀਏ ਇੱਥੋਂ ਪਹਿਲਾਂ ਕਲੀਅਰ ਕਰੀਏ ਫਿਰ ਅਗਲਾ ਲਈਏ ਅਸੀਂ ਘਰ ਚ ਵੀ ਤਾਂ ਦੇਖੀਏ ਨਾ ਜਿਹੜਾ ਘਰ ਨਹੀਂ ਸੋਚ ਕੇ ਚੱਲਦਾ ਲੋਨ ਜੇ ਲੋਨ ਦੇਣ ਨੂੰ ਲੋਨ ਲੈਣਾ ਪੈ ਜੇ ਤੇ ਤੁਸੀਂ ਆਪ ਹੀ ਹਾਲਾਤ ਲਾ ਲਓ ਕਿ ਉਹ ਕੀ ਹੋਣਗੇ।
बिल्कुल 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 जी, शुक्रिया डॉक्टर साहब, बहुत बहुत धन्यवाद सानू समा दे। धन्यवाद जी। सो मेरे नाल पंजाबीस्तान टीवी ते मौजूद सन डॉक्टर अमनप्रीत सिंह बराड़। तुसी सुनिया कि असी पंजाब दी अर्थव्यवस्था, पंजाब दे विच जिस तरीके दे नाल खेती संकट वधदा जा रहा, उस उत्ते असी चर्चा की है। तुसी अपने विचार कमेंट जरूर करो। पंजाबीस्तान टीवी नू सबसक्राइब करो। मैनू इजाजत दिओ। धन्यवाद।